पहली बारी आए अखी नाल दे चार पांच जने सीगे सत जने सीगे सत्ता चो तीन दे लगे दो साढ़े एक होर दा बाबा जी दे दर्शन सी बाबे ने लेके आना सीगा तो एकदम जिदा कह दिंदे कुदरती सबब बन जांदा वा जिन्हां ने बेचारे ने साडे वास्ते कोशिश कीती उन्हां दे बीजे लगे नहीं और जी साडा बीजा लग गया। ਸਤਿ ਸ਼੍ਰੀ ਅਕਾਲ ਮੈਂ ਅੰਜਮ ਗਿੱਲਰ ਤੁਸੀਂ ਦੇਖ ਰਹੇ ਹੋ ਅੰਜਮ ਗਿੱਲ ਵਲੌਗਸ ਅਤੇ ਪੰਜਾਬੀ ਕਾਰਵਾਂ ਨਨਕਾਣਾ ਸਾਹਿਬ ਦੀ ਧਰਤੀ 'ਤੇ ਮੌਜੂਦ ਹਾਂ। ਸੋ ਤੀਸਰਾ ਦਿਨ ਅੱਜ ਗੁਰਪੁਰਬ ਦਾ ਬਾਬਾ ਨਾਨਕ ਜੀ ਦਾ ਜਿਹੜਾ ਜਨਮ ਦਿਨ ਸੀ ਉਸੇ ਤਕਰੀਬਾਤ ਦਾ ਜਿਹੜਾ ਤੀਜਾ ਦਿਨ ਹੈ ਅਤੇ ਸਾਡੇ ਨਾਲ ਚੜ੍ਹਦੇ ਪੰਜਾਬ ਤੋਂ ਆਏ ਇੱਕ ਮਾਤਾ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮਾਂ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਪਾਕਿਸਤਾਨ। ਜੀ ਆਇਆਂ ਨੂੰ। ਮਾਂ ਜੀ ਪਹਿਲੀ ਵਾਰੀ ਆਏ ਜਾਂ ਪਹਿਲੇ ਆਏ ਆ? ਪਹਿਲੀ ਵਾਰੀ ਆਏ ਹਾਂ। ਕਿਵੇਂ ਦਾ ਲੱਗ ਰਿਹਾ ਇੱਥੇ ਆ ਕੇ? ਬਹੁਤ ਵਧੀਆ। ਕਿੰਨਵਾਂ ਦਿਨ ਹੋ ਗਿਆ ਆਇਆਂ ਨੂੰ? ਅੱਜ ਤੀਸਰਾ ਦਿਨ ਹੈ। ਅੱਛਾ ਤੀਜਾ ਦਿਨ ਹੈ। ਹਾਂਜੀ। ਤੇ ਕੋਈ ਦਿੱਕਤ ਕੋਈ ਪਰੇਸ਼ਾਨੀ ਤਾਂ ਨਹੀਂ ਗਈ? ਕੋਈ ਦਿੱਕਤ ਪਰੇਸ਼ਾਨੀ ਨਹੀਂ। ਅੱਛਾ ਕਿਹੜੇ ਏਰੀਆ ਤੋਂ ਆਏ ਆ? ਅਸੀਂ ਪੰਜਾਬ ਲੁਧਿਆਣੇ ਤੋਂ। ਨਾਂ ਕੀ? ਵਿਮਲ ਕੌਰ। ਅੱਛਾ ਕੀ ਕੰਮ ਕਾਰ ਕਰਦੇ ਆ ਆਪਣਾ ਉੱਧਰ? ਮੈਂ ਆਪਣਾ ਕੰਮ ਹੈ, ਮੈਂ ਟੀਚਰ ਸੀ ਪਹਿਲਾਂ। ਅੱਛਾ ਅੱਛਾ ਪੜ੍ਹਾਉਂਦੇ ਸੀ ਸਕੂਲ 'ਚ? ਕਾਹਦੇ ਟੀਚਰ ਸੀ? ਹਿੰਦੀ ਦੇ। ਹਿੰਦੀ ਦੇ ਟੀਚਰ ਸੀ? ਫਿਰ ਤਾਂ ਹਿੰਦੀ ਬਹੁਤ ਵਧੀਆ ਆਉਂਦੀ ਹੋਣੀ ਤੁਹਾਨੂੰ। ਅਤੇ ਕਿਵੇਂ ਦਾ ਉੱਧਰ ਪੰਜਾਬੀ, ਚਲੋ ਤੁਸੀਂ ਟੀਚਰ ਹੋ, ਪੰਜਾਬੀ ਦਾ ਕਿਵੇਂ ਆ ਉੱਧਰ ਰੁਝਾਨ ਲੋਕਾਂ ਦੇ ਵਿੱਚ, ਜਿਹੜਾ ਲੋਕ ਪਿੱਛੇ ਕਿਉਂ ਹਟਦੇ ਜਾਂਦੇ ਆ? ਅੱਜ ਕੱਲ੍ਹ ਹਿੰਦੀ ਵੱਲ ਜ਼ਿਆਦਾ ਤੁਰ ਪਏ ਲੋਕ। ਕੀ ਵਜ੍ਹਾ? ਕੀ ਵਜ੍ਹਾ? ਕਿ ਸਕੂਲਾਂ 'ਚ ਹਿੰਦੀ ਸਾਰੇ ਪ੍ਰੈਫਰ ਕਰਦੇ। ਅੱਛਾ। ਬੱਚੇ ਸਾਰੇ ਇੰਗਲਿਸ਼ ਸਕੂਲਾਂ 'ਚ ਪੜ੍ਹਦੇ ਆ। ਸਕੂਲਾਂ ਦਾ ਹੈ ਵੇ ਕੋਈ ਗੁਨਾਹ ਹੈ ਜਾਂ ਘਰਦਿਆਂ ਦਾ ਕੋਈ ਗੁਨਾਹ ਹੈ ਕਿ ਆਪਣੀ ਬੋਲੀ ਤੋਂ ਕੋਈ ਵਿਛੜਦੇ ਜਾਂਦੇ? ਸਕੂਲ ਅੱਜ ਕੱਲ੍ਹ ਮਾਹੌਲ ਹੀ ਕੁਛ ਇੱਦਾਂ ਦਾ ਬਣ ਗਿਆ ਕਿ ਸਾਰੇ ਹਿੰਦੀ ਵਾਲੇ ਤੁਰਦੇ। ਅੱਛਾ। ਇੱਕ ਉੱਥੇ ਜਿਹੜੇ ਦੂਸਰੇ ਨਾ ਬਿਹਾਰ ਵਗੈਰਾ ਤੋਂ ਬਹੁਤ ਆਏ ਹੋਏ ਆ ਤੋ ਸਾਰੇ ਹਿੰਦੀ ਬੋਲਦੇ ਆ, ਉਹਨਾਂ ਕਰਕੇ ਸਭ ਦੇ ਮੂੰਹ ਤੇ ਹਿੰਦੀ ਚੜ ਗਈ ਜ਼ਿਆਦਾ। ਕਿੰਨੇ ਨੇ ਬਿਹਾਰੀ ਜਿਹੜੇ ਉੱਥੇ? ਬਿਹਾਰੀ ਬਹੁਤ। ਇੰਨੇ ਕਿਉਂ, ਮਤਲਬ ਕੰਮ ਕਾਰ ਕਰਨ ਵਾਸਤੇ ਉੱਥੇ ਆਏ ਜਾਂ ਕਿਵੇਂ? ਕੰਮ ਕਾਰ ਕਰਨ ਵਾਸਤੇ। ਕੰਮ ਕਰਨ ਕਾਰ ਤੇ ਪੰਜਾਬ ਵਾਲੇ ਕਿੱਧਰ ਜਾਂਦੇ ਫਿਰ? ਪੰਜਾਬ ਨਹੀਂ ਨੇ, ਬਾਹਰ ਜਾਂਦੇ। ਅਮਰੀਕਾ, ਕੈਨੇਡਾ। ਹਾਂ। ਤੇ ਇੱਥੋਂ ਦਾ ਕਿਵੇਂ ਆ ਇੱਧਰਲੇ ਲੋਕ ਜਿਹੜੇ ਨੇ ਆਮ, ਜਿਨ੍ਹਾਂ ਨਾਲ ਮਿਲੇ ਹੋ? ਬਹੁਤ ਵਧੀਆ ਵਾ, ਬਹੁਤ ਵਧੀਆ। ਉੱਧਰ ਤੇ ਇੱਧਰ 'ਚ ਕੋਈ ਫਰਕ ਕੀ ਹੈ? ਕੋਈ ਕੁਛ ਖਾਸ ਫਰਕ ਨਹੀਂ ਆਇਆ। ਅੱਛਾ। ਕੁਛ ਨਵਾਂ ਵੇਖਣ ਨੂੰ ਮਿਲਿਆ ਇੱਥੇ? ਨਵਾਂ ਕਿ ਸਾਰੇ ਵਧੀਆ ਪੰਜਾਬੀ ਬੋਲਦੇ ਇੱਥੇ, ਕੋਈ ਵੀ ਹੈ। ਅੱਛਾ, ਵਧੀਆ ਪੰਜਾਬੀ ਬੋਲਦੇ। ਉਹ ਤਾਂ ਫਿਰ ਚਲੋ ਆਪਣੀ ਬੋਲੀ ਹੈ ਤਾਂ ਬੋਲਣੀ ਵੀ ਚਾਹੀਦੀ ਹੈ। ਹਾਂਜੀ ਹਾਂਜੀ। ਹਾਂ। ਤੇ ਜਿਹੜੇ ਲੋਕ ਪੰਜਾਬੀ ਤੋਂ ਦੂਰ ਹੁੰਦੇ ਜਾਂਦੇ ਨੇ ਆਪਣੀ ਬੋਲੀ ਤੋਂ? ਹਾਂਜੀ। ਉਹਨਾਂ ਨੂੰ ਕੀ ਕਰਨਾ ਚਾਹੀਦਾ? ਬੋਲੀ ਨੂੰ ਛੱਡਣਾ ਨਹੀਂ ਚਾਹੀਦਾ। ਹੁਣ ਤਾਂ ਵੈਸੇ ਉੱਥੇ ਵੀ ਜਿਹੜਾ ਕੰਮ ਹੈ ਨਾ, ਤੇ ਆਫਿਸਾਂ ਵਗੈਰਾ 'ਚ ਸਾਰੇ ਕੰਮ ਪੰਜਾਬੀ ਮਾਂ ਬੋਲੀ 'ਚ ਹੋ ਰਹੇ ਆ ਸ਼ੁਰੂ ਕਰ ਰਹੇ ਆ, ਬੱਚਿਆਂ ਨੂੰ ਸਾਰਿਆਂ ਨੂੰ ਵੀ ਮਾਂ ਬੋਲੀ ਵੱਲ। ਤੁਹਾਡਾ ਮਨ ਕਿਵੇਂ ਕੀਤਾ ਕਿ ਮੈਂ ਹਿੰਦੀ ਵੱਲ ਜਾਣਾ ਵਾ? ਨਹੀਂ, ਅਸੀਂ ਉਹ ਤੇ ਹੈ, ਅਸੀਂ ਯੂਪੀ ਦੇ ਰਹਿੰਦੇ ਹਾਂ, ਰਹਿਣ ਵਾਲੇ ਹਾਂ। ਮੈਂ ਦੇਹਰਾਦੂਨ ਦੀ ਹਾਂ, ਇਹ ਝਾਂਸੀ ਦੇ ਹੈ, ਸਾਡਾ ਇਲਾਕਾ ਹੀ ਹੈ, ਅਸੀਂ ਪੜ੍ਹੇ ਹਿੰਦੀ ਹੈ। ਅੱਛਾ। ਸ਼ੁਰੂ ਤੋਂ? ਸ਼ੁਰੂ ਤੋਂ, ਬਚਪਨ ਤੋਂ ਅਸੀਂ ਹਿੰਦੀ ਪੜ੍ਹੀ ਹੈ, ਮੀਡੀਅਮ ਸਾਡਾ ਹਿੰਦੀ ਰਿਹਾ ਵਾ, ਇਸ ਕਰਕੇ ਅਸੀਂ ਹਿੰਦੀ ਮਤਲਬ। ਯੂਪੀ ਤੋਂ ਫਿਰ ਲੁਧਿਆਣੇ ਆ ਗਏ? ਨਹੀਂ, ਯੂਪੀ ਤੋਂ ਲੁਧਿਆਣੇ ਆਏ ਜਦੋਂ 84 ਰਾਈਟਸ ਹੋਏ ਸੀ, ਇੰਦਰਾ ਗਾਂਧੀ ਮਰੀ ਸੀ। ਅੱਛਾ ਅੱਛਾ ਅੱਛਾ। ਉਦੋਂ ਆਏ? ਪਰਿਵਾਰ 'ਚ ਕੌਣ ਕੌਣ ਆ ਫਿਰ? ਪਰਿਵਾਰ 'ਚ ਇੱਕ ਬੇਟਾ ਹੈ, ਬੇਟੀ ਹੈ। ਹਾਂ। ਅਸੀਂ ਦੋਨੋਂ ਜਣੇ। ਅਤੇ ਉਹ ਵੀ ਉਹ ਉੱਥੇ ਲੁਧਿਆਣੇ ਰਹਿੰਦੇ ਜਾਂ ਬਾਹਰ? ਨਹੀਂ, ਉਹ ਦਿੱਲੀ। ਅੱਛਾ, ਦਿੱਲੀ ਰਹਿੰਦੇ। ਅਤੇ ਅਗਲੀ ਵਾਰੀ ਜਦੋਂ ਆਓਗੇ ਉਹਨਾਂ ਨੂੰ ਲੈ ਕੇ ਆਓਗੇ? ਦੇਖੋ ਕਿਸਮਤ 'ਚ ਹੋਏਗਾ, ਜ਼ਰੂਰ ਆਉਣਗੇ। ਉਹਨਾਂ ਨੂੰ ਦੱਸੋਗੇ ਨਾ ਜਾ ਕੇ ਇੱਥੋਂ ਦੀਆਂ ਗੱਲਾਂ ਪੁੱਛਣਗੇ ਤਾਂ ਸਹੀ ਵੀ ਕਿਵੇਂ ਦਾ ਰਹਿ? ਉਹ ਉਹਨਾਂ ਦੀ ਜੌਬ ਬਾਹਰ, ਉਹ ਜੌਬ ਵਿੱਚ ਹੈ, ਬਾਹਰ ਹੈ ਬੇਟਾ, ਜੇ ਕੈਨੇਡਾ ਜਾ ਰਿਹਾ ਵਾ ਜੌਬ ਦੇ ਬੇਸ 'ਤੇ। ਅੱਛਾ ਅੱਛਾ। ਹਾਂ, ਤੋਂ ਬਾਹਰ ਹੀ ਆ, ਲਾ ਕੇ ਆਇਆ ਵਾ 4-5 ਸਾਲ, ਹੁਣ ਦੁਬਾਰਾ ਫਿਰ ਕੈਨੇਡਾ ਜਾ ਰਿਹਾ ਵਾ ਜੌਬ ਦੇ ਬੇਸ 'ਤੇ, ਤੋਂ ਬਾਹਰ ਹੀ। ਵੈਸੇ ਹੈ ਕਿ ਸਾਡੀ ਆਪਣੀ ਲੋਕਲਟੀ 'ਚ ਸਾਡੇ ਮਤਲਬ ਹੋਰ ਫੈਮਿਲੀ 'ਚ ਬਹੁਤ ਲੋਕ ਇੱਥੇ ਆਏ ਆ ਪਾਕਿਸਤਾਨ, ਕਈ ਵਾਰੀ ਆਏ। ਤੁਹਾਡਾ ਮਨ ਕਿਵੇਂ ਬਣਿਆ, ਕਿੰਨੇ ਕਿਹਾ ਵੀ ਜਾ? ਸਾਨੂੰ ਮਨ ਕੀ ਐਦੀ ਕਿਸੇ ਨੇ ਕਹਿਤਾ ਵੀ ਬਾਬਾ ਜੀ ਦੇ ਦਰਸ਼ਨ ਸੀ ਬਾਬੇ ਨੇ ਲੈ ਕੇ ਆਉਣਾ ਸੀਗਾ, ਤਾਂ ਇੱਕਦਮ ਜਿੱਦਾਂ ਕਹਿ ਦਿੰਦਾ ਕੁਦਰਤੀ ਸਬਬ ਬਣ ਜਾਂਦਾ ਵਾ, ਜਿਨ੍ਹਾਂ ਨੇ ਵਿਚਾਰੇ ਨੇ ਸਾਡੇ ਵਾਸਤੇ ਕੋਸ਼ਿਸ਼ ਕੀਤੀ ਉਹਨਾਂ ਦੇ ਬੀਜੇ ਲੱਗੇ ਨਹੀਂ ਔਰ ਜੀ ਸਾਡਾ ਬੀਜੇ ਲੱਗ ਗਿਆ।
ਜਮਾ ਕਰਾਤਾ ਵੀਜ਼ਾ ਆ ਗਿਆ ਸਾਡਾ ਕਦੋਂ ਪਤਾ ਲੱਗਾ ਵੀਜ਼ਾ ਆ ਗਿਆ ਵੀਜ਼ਾ ਸਾਨੂੰ ਜਿੱਦਣ ਆਉਣਾ ਸੀ ਨਾ ਉਸ ਤੋਂ ਇੱਕ ਦਿਨ ਪਹਿਲਾਂ 4 ਤਰੀਕ ਰਾਤ ਅਸੀਂ ਨਾਲ ਦੇ 4-5 ਜਣੇ ਸੀਗੇ 7 ਜਣੇ ਸੀਗੇ 7 'ਚੋਂ 3 ਦੇ ਲੱਗੇ 2 ਸਾਢੇ 1 ਹੋਰ ਦਾ ਲੱਗਿਆ ਬਾਕੀਆਂ ਦੇ ਅੱਛਾ ਬਾਕੀਆਂ ਦੇ ਚਲੋ ਖੁਸ਼ੀ ਹੈ ਵਾ ਹੁਣ ਮਨ ਦੇ ਵਿੱਚ ਵੀ ਚਲੋ ਇੱਥੋਂ ਹੋ ਚੱਲੇ ਕ੍ਰਿਸਮਸ ਸੀਗੀ ਤੁਸੀਂ ਆਉਂਦੇ ਰਹੋ ਬਾਰ ਬਾਰ ਸਾਨੂੰ ਵੀ ਚੰਗਾ ਲੱਗਦਾ ਤੁਹਾਡਾ ਆਪਣਾ ਘਰ ਆ ਬਹੁਤ ਸ਼ੁਕਰੀਆ ਚੰਗਾ ਲੱਗਾ ਗੱਲਬਾਤ